this is a red fm special feature हेलो जी ckyr 1067 red fm सुनन वाले दा स्वागत है ते एही वीडियो ब्रॉडकास्ट कीती जा रही है साडे व्यूअर्स दा भी स्वागत है मैं हां थ्वाड़ नाल गुरप्रीत कौर ते मेरे नाल आज शामिल होन जा रहे ने साडे माहिर मेहमान जेडी की फूड एंड न्यूट्रिशन एक्सपर्ट ने प्रीतमरवाहा जी दे नाल साडी गल बात होनी है ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਅਬਾਊਟ ਡਰਿੰਕਸ ਬੇਵਰੇਜਸ ਇਹ ਤਰਲ ਪਦਾਰ ਲਿਕੁਇਡ ਜਿਹੜੇ ਅਸੀਂ ਲਈਦੇ ਆ ਇਹਨਾਂ ਦਾ ਸੇਵਨ ਕੀਤਾ ਜਾਂਦਾ ਕਿੰਨੇ ਕੁ ਲਾਹੇਵੰਦ ਹੁੰਦੇ ਆ ਸਾਡੇ ਕਿੰਨੀ ਜ਼ਰੂਰਤ ਹੁੰਦੀ ਹੈ ਸਾਡੀ ਬਾਡੀ ਨੂੰ ਇਹ ਸਭ ਦੇ ਬਾਰੇ ਸਮਝਾਉਣਗੇ ਤੇ ਵੱਖ-ਵੱਖ ਡਰਿੰਕਸ ਦੇ ਬਾਰੇ ਵੀ ਅਸੀਂ ਪਤਾ ਕਰਾਂਗੇ ਪ੍ਰੀਤੀ ਵੈਲਕਮ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਜੀ ਕੀ ਹਾਲ ਹੈ ਤੁਹਾਡਾ ਬਸ ਫਰਸਟ ਕਲਾਸ ਹਾਊ ਇਸ ਕਿਆ ਕਰੀ ਜਾਂ ਤੋ ਖੁਸ਼ ਰਹਿਂਦੀ ਹੈ ਚੰਗਾ ਲੱਗਿਆ ਤੁਸੀਂ ਕੈਲਗਰੀ ਆਏ ਐਂਡ ਯੂ ਗੇਵ ਅਸ ਸੱਚ ਟਾਈਮ ਕੀ ਅਸੀਂ ਇੰਟਰਵਿਊ ਕਰ ਸਕਦੇ ਆ ਯਾ ਨੋ ਨੋ ਪ੍ਰੋਬਲਮ ਜਿੱਦਾਂ ਵੀ ਸੇਵਾ ਕਰਨੀ ਆ ਰਾਈਟ ਜਿੰਨੀ ਕਰਸੇ ਦੇ ਕਰੀ ਜੰਨੇ ਜੀ ਇੱਥੇ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਪ੍ਰੀਤ ਮਰਵਾਹਾ ਹੋਣਾ ਨੂੰ ਕੁਝ ਹੈਲਥ ਇਸ਼ੂਜ਼ ਇੱਕ ਟਾਈਮ ਦੇ ਉੱਤੇ ਹੋਏ ਔਰ ਉਸ ਉਮਰ ਦੇ ਉੱਤੇ ਬੜੀ ਮੁਸ਼ਕਲ ਦੇ ਨਾਲ ਜ਼ਿੰਦਗੀ ਨੂੰ ਸੰਭਾਲ ਲਿਆ ਵਾਪਸ ਲਈ ਹੈ ਪਾਇਆ ਔਰ ਇਹਨਾਂ ਨੇ ਜੋ ਰਿਸਰਚ ਕੀਤੀ ਪਤਾ ਲੱਗਿਆ ਕਿ ਫੂਡ ਹੈਬਿਟਸ ਠੀਕ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਠੀਕ ਕੀਤਾ ਤੰਦਰੁਸਤ ਹੋਏ ਮਾਲਕੀ ਮਿਹਰਬਾਨੀ ਹੋਈ ਤੇ ਇਸੇ ਗੱਲ ਨੂੰ ਐਜੂਕੇਟ ਕਰਨ ਵਾਸਤੇ ਅੱਜ ਸਾਡੇ ਨਾਲ ਨੇ ਪ੍ਰੀਤ ਸੋ ਪ੍ਰੀਤ ਫੂਡ ਐਂਡ ਨਿਊਟ੍ਰੀਸ਼ਨ ਨੂੰ ਲੈ ਕੇ ਤੁਸੀਂ ਬਹੁਤ ਪੈਸ਼ਨੇਟ ਹੋ ਪਹਿਲਾਂ ਤਾਂ ਇਹਦੇ ਬਾਰੇ ਦੱਸੋ ਹਾਂਜੀ ਦੇਖੋ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਯੂ نو 30 ਸਾਲ ਪਹਿਲਾਂ 30 ਸਾਲ ਪਹਿਲਾਂ ਕਾਫੀ ਯੂ نو ਹੈਲਥ ਡਾਊਨ ਚਲ ਗਈ ਸੀ ਕਾਫੀ ਟਾਈਮ ਹਸਪੀਟਲ ਜਰੇ ਦਵਾਈਆਂ ਇਹ ਹੈ ਉਹ ਹੈ ਐਂਡ ਕੋਈ ਸੋਲੂਸ਼ਨ ਹੀ ਦੇ ਰਹੇ ਸੀ ਸੋ ਡਾਈਟ ਚੇਂਜ ਕੀਤੀ ਐਂਡ ਸਾਰਾ ਕੁਝ ਠੀਕ ਠਾਕ ਹੋ ਗਿਆ ਉਥੇ ਕੈਲੋਬਸੈਸ਼ਨ ਸ਼ੁਰੂ ਹੋਈ ਆ ਵੀ ਇਸੇ ਜਿਨੇ ਮਰਜੀ ਸੇ ਹਸਪੀਟਲ ਜਾਓ ਡਾਕਟਰਸ ਜਾਓ ਕੋਈ ਖਾਣੇ ਬਾਰੇ ਗੱਲ ਨਹੀਂ ਕਰਦਾ ਹੈਗਾ 29 ਸਾਲ ਲੰਘ ਗਏ ਹਾਲੇ ਵੀ ਕੋਈ ਗੱਲ ਕਰਦਾ ਹੈਗਾ ਹਾਲੇ ਵੀ ਆ ਦਵਾਈ ਲੈ ਲਓ ਆ ਦਵਾਈ ਲੈ ਲਓ ਕੋਈ ਕਹਿੰਦਾ ਨਹੀਂ ਹੈ ਵੀ ਜੋ ਤੁਸੀਂ ਆਪਣੇ ਅੰਦਰ ਪਾਨੇ ਖਰਾਕ ਉਸਕੋ ਬਦਲੋ ਹਾਂ ਇਹ ਕੋਈ ਗੱਲ ਚੱਲਦੀ ਨਹੀਂ ਹੈਗੀ ਸੋ ਹੁਣ 30 ਸਾਲ ਹੋ ਗਏ ਰਿਸਰਚ ਕਰ ਜਨ ਪੜਦੇ ਨੂੰ ਸਿੱਖਦੇ ਨੂੰ ਜਿਨੇ ਵਰਲਡ ਟਾਪ ਐਕਸਪਰਟਸ ਨੇ ਉਹਨਾਂ ਨੇ ਇੰਨੀ ਪੜਾਈ ਕੀਤੀ ਆ ਸੋ अपनी yeah, कम्यूनिटी hmm. well, well, well. yes. <laughs> yeah. yeah. खाने सारा कुछ ठीक hmm. तरह सोचते हैं हम जिस तरह हमारे विचार हैं, वो भी बदलने। जरूरी है तो जो लाइफ स्टाइल है actions, you know, exercise, जो भी करते हैं उसका भी बहुत असर होता है ਠੀਕ ਹੈ ਠੀਕ ਹੈ ਸੋ ਪ੍ਰੀਤਾ ਜੀ ਕਿਉਂਕਿ ਅਸੀਂ ਡਰਿੰਕਸ ਦੇ ਬਾਰੇ ਗੱਲ ਕਰਨੀ ਹੈ ਅਸੀਂ ਪਹਿਲਾਂ ਕਲੀਅਰ ਕਰਦੇ ਅਸੀਂ ਲਿਕਰ ਦੇ ਬਾਰੇ ਨਹੀਂ ਗੱਲ ਕਰਨਾ ਸੋ ਜਿਹੜੇ ਹੋਰ ਅਸੀਂ ਚੀਜ਼ਾਂ ਪੀਣੀਆਂ ਲਿਕੁਇਡ ਲੈਣੇ ਆ ਤੇ ਉਹਦੇ ਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆ ਪਹਿਲਾਂ ਅਸੀਂ ਪਾਣੀ ਤੋਂ ਸ਼ੁਰੂਆਤ ਕਰ ਲੈਂਦੇ ਆ ਪਾਣੀ ਦੀ ਲੋੜ ਹੈ ਬਾਡੀ ਪਾਣੀ ਦੀ ਬਣੀ ਹੋਈ ਹੈ ਯੈਸ ਬਿਲਕੁਲ ਹਾਂ ਪਾਣੀ ਦੀ ਯੂ ਨੋ ਆਕਸੀਜਨ ਤੋਂ ਬਾਅਦ ਪਾਣੀ ਸਭ ਤੋਂ ਜ਼ਰੂਰੀ ਆ ਤੇ ਅਸੀਂ ਕਦੇ ਸੋਚ ਨਹੀਂ ਕਿ ਸਾਨੂੰ ਪਾਣੀ ਕਿੰਨਾ ਚਾਹੀਦਾ ਯੂ ਨੋ ਨਾ ਕਿਸ ਨੂੰ ਸੁਣ ਦੱਸਿਆ ਅਗੇਨ ਨਾਕਵੇ ਦੱਸਦਾ ਹੈਗਾ ਯੂ نو ਸਾਰੇ ਕਹਿੰਦੇ ਆ ਕੁਝ ਸੱਤ ਰਸਰ ਅਸੀਂ 80% ਬਾਡੀ ਪਾਣੀ ਆ ਹਾਂਜੀ ਅਸਲੀ ਤਾਂ ਕੁਝ ਯੂ نو 95 95% ਜਿੰਨੇ ਵੀ ਸਰੀ ਬਾਡੀ ਦੇ ਮੋਲਕੂਲ ਆ ਉਹ ਪਾਣੀ ਨਾ ਬਣੇ ਯੈਸ ਸੋ ਇਹਦਾ ਮਤਲਬ ਮੋਸਟਲੀ ਪਾਣੀ ਆ ਹਾਂ ਜਦੋਂ ਯੂ نو ਅ ਸਰੀ ਲਾਈਫ ਪੂਰੀ ਹੋ ਜਾਂਦੀ ਆ ਫਿਰ ਕਰੀਮੇਸ਼ਨ ਵਗੈਰਾ ਕਰਦੇ ਆ ਉਹ ਮੋਸੇ ਪਾਣੀ ਸਰ ਨਿਕਲਦਾ ਹੈ ਬਾਕੀ ਜਿਹੜਾ ਰਹਿੰਦਾ ਉਹ ਕਾਰਬਨ ਮੈਟੀਰੀਅਲ ਹੁੰਦਾ ਹੈ ਬਾਕੀ ਤਾਂ ਪਾਣੀ ਹੈ ਨਾ ਬਿਲਕੁਲ ਸੋ ਈਵਨ 252 ਬੰਦਾ ਉਹ ਕਿਨੇ ਕਹਿੰਦੇ ਚਾਰ ਪੰਜ ਪਾਉਂਡ ਰਹਿ ਜਾਂਦੇ ਬਾਕੀ ਤਾਂ ਪਾਣੀ ਸੀਗਾ ਨਾ ਹਮ ਸੋ ਪਾਣੀ ਜਿਹੜਾ ਸਭ ਤੋਂ ਯੂ نو ਸਭ ਤੋਂ ਜੁਰੀਟੀ ਜੈਪਾਨੀ ਤੁਸੀਂ ਐਕਚੁਅਲੀ ਜੇ ਤੁਸੀਂ ਕੱਲਾ ਪਾਣੀ ਪੀਓ ਜੋ ਕੁਝ ਨਾ ਖਾਓ ਤੁਸੀਂ 30 40 50 ਦਿਨ ਕੱਟ ਸਕਦੇ ਹੋ 60 ਦਿਨ ਜਾਂ ਵਿਦਆਊਟ ਫੂਡ ਵਾਓ ਔਰ ਇਹ ਜਿਹੜਾ ਸਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਰੋਜ਼ ਇਨਟੇਕ ਜਿਹੜੀ ਹੈ ਵਾਟਰ ਦੀ ਇੰਨੀ ਹੋਣੀ ਚਾਹੀਦੀ 4 ਲੀਟਰ ਪਾਣੀ ਪੀ ਲਓ ਤੇ ਲੋਕੀ ਮੇਕ ਸ਼ੋਰ ਕਰਨਾ ਚਾਹੁੰਦੇ ਆ ਕਿ ਮੈਂ ਪੀ ਲਵਾਂ ਪਿੱਛੇ ਦੇ ਪਿੱਛੇ ਤੇ ਕੀ ਉਹ ਠੀਕ ਹੈਗਾ ਯਾ ਦੇਖੋ ਮਿਨਿਮਮ 2 ਲੀਟਰ ਚਾਹੀਦੇ ਚਾਹੀਦੇ ਹੂੰ ਤੇ ਹੁਣ ਜੇ ਤੁਸੀਂ ਫਰੂਟਸ ਐਂਡ ਵੈਜੀਟਬਲਸ ਵਗੈਰਾ ਜ਼ਿਆਦਾ ਖਾਣੇ ਆ ਉਹਦੇ ਚੋਂ ਪਾਣੀ ਤੁਹਾਨੂੰ ਕਾਫੀ ਮਿਲ ਜਾਂਦਾ ਸੋ ਉਹਨੇ ਤੁਸੀਂ ਕੱਟ ਪੀ ਸਕਦੇ ਆ ਜੇ ਇਹ ਉਹ ਚੀਜ਼ ਨਹੀਂ ਖਾਣੇ ਫਿਰ ਪਾਣੀ ਤੁਹਾਨੂੰ ਉਹਨਾਂ ਜ਼ਿਆਦਾ ਚਾਹੀਦਾ 3 ਲੀਟਰ 4 ਲੀਟਰ ਜੇ ਸਪੋਰਟਸ ਵੀਆਰ ਖੇਲਦੇ ਆ ਐਥਲੀਟਸ ਉਹਨੂੰ ਉਸ ਤੋਂ ਜ਼ਿਆਦਾ ਵੀ ਚਾਹੀਦਾ ਸੋ ਪਾਣੀ ਤੁਸੀਂ ਜਿੰਨਾ ਮਰਜੀ ਪੀ ਸਕਦੇ ਆ ਪੀਓ ਸਿਹਤ ਜੋੜ ਰੱਖਦੇ ਆ ਉਹ ਸਭ ਤੋਂ ਜ਼ਰੂਰੀ ਉਹ ਪਾਣੀ ਆ ਤੁਸੀਂ ਮਾਰਨਿੰਗ ਟਾਈਮ ਪੀਂਦੇ ਆ ਕਿਉਂਕਿ ਜੇ ਤੁਸੀਂ ਸੌਣੇ ਨਾਲ ਬੋਡੀ ਡੀਹਾਈਡਰੇਟ ਹੋ ਜਾਂਦੀ ਆ ਕੁਝ 500 700 800 ਮਲ ਸੋ ਉਹ ਰਿਪਲੇਸ ਕਰਨਾ ਪੈਂਦਾ ਠੀਕ ਹੈ ਸੋ ਜਿਸੀ ਸਵੇਰੇ ਸਵੇਰੇ ਉੱਠਦੇ ਹਾਂ ਮੈਨੂੰ ਬਹੁਤ ਸਾਲ ਹੋ ਗਏ ਮੇਰੀ ਹਾਬਤ ਤੇ ਹੀ ਅਭੀ ਸਵੇਰੇ ਸਵੇਰੇ 1 ਲੀਟਰ ਪਾਣੀ ਪੀਣਾ ਠੀਕ ਹੈ ਹੋਰ ਕੁਝ ਨਹੀਂ ਕਰਦਾ ਪਹਿਲਾਂ ਪਾਣੀ ਪੀਣਾ ਹੈ 1 ਲੀਟਰ আচ্ছা ਯਾ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਜੋ ਵੀ ਹੋ ਗਿਆ ਸੋ ਇੱਕ ਐਵਰੀਜ ਇਨਸਾਨ ਨੂੰ ਕਿੰਨੇ ਕ ਪਾਣੀ ਦੀ ਲੋੜ ਹੈ ਰੋਜ਼ ਆਈ ਮੀਨ ਆ ਜਸ ਵੀ ਐਵਰੇਜ ਦਿਨ ਲੀਟਰ ਆਲਣਾ 3 ਲੀਟਰ ਇਜ਼ ਗੁੱਡ ओके गुड सो अम ਕਿਉਂਕਿ ਅਸੀਂ ਹੋਰ ਚੀਜ਼ਾਂ ਤੁਸੀਂ ਮੈਂਸ਼ਨ ਕੀਤਾ ਕਿ ਫਰੂਟਸ ਦੇ ਵਿੱਚ ਬਹੁਤ ਸਾਰਾ ਲਿਕੁਇਡ ਸਾਡੇ ਕੋਲ ਚਲਾ ਜਾਂਦਾ ਆ ਉਹ ਵੀ ਪਾਣੀ ਹੀ ਹੈ ਤੇ ਨਹੀਂ ਤੇ ਅਸੀਂ ਕੰਪਨਸੇਟ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਕਿ ਲੋਕੀ ਕਹਿੰਦੇ ਕਿ ਜਿਆਦਾ ਪਾਣੀ ਪੀ ਲਿਆ ਆਫਰਾ ਚੜ ਗਿਆ ਆ ਆਫਰ ਗਏ ਆ ਅਸੀਂ ਤਾਂ ਉਹ ਵੀ ਤੰਕਰਨ ਲੱਗ ਪੈਂਦਾ ਕਿਡਨੀਜ਼ ਨੂੰ ਤੰਕਰਨ ਲੱਗ ਪੈਂਦਾ ਜੇ ਜਿਆਦਾ ਹੋ ਜਾਏ ਯੈਸ ਸੋ ਆਈ ਮੀਨ ਇਹ ਚੱਕਰ ਜਿਹੜਾ ਪਾਣੀ ਸੀ ਜਿਆਦਾ ਪੀਂਦੇ ਨਾ ਪਾਣੀ ਦੀ ਕੁਆਲਟੀ ਦੇ ਅਸਰ ਹੁੰਦਾ ਹੁਣ ਜਿਹੜਾ ਹੁਣ ਟੂਟੀ ਦਾ ਪਾਣੀ ਆ ਉਹ ਇੱਕ ਤਾਂ ਅਸਿਡਿਕ ਆ ਕਲੋਰਿਨ ਪਾਈ ਹੁੰਦੀ ਆ ਔਰ ਕਿ ਕੁਝ ਪਾਇਆ ਹੁੰਦਾ ਵਿੱਚ ਉਹ కెਮਿਕਲਸ ਵਗੈਰਾ ਹੁੰਦੇ ਆ ਸੋ ਜੇ ਤੁਸੀਂ ਉਹ ਪਾਣੀ ਪੀਨੇ 3 ਲੀਟਰ ਉਹ ਪਾਚ ਨਹੀਂ ਆ ਹਜਮ ਨਹੀਂ ਹੁੰਦਾ ਜੇ ਅਸੀਂ ਜੈ ਕੈਨ ਜਿਹਾ ਪਿਓਰ ਜਿਹਾ ਕਲੀਨ ਜਿਹਾ ਫਿਲਟਰਡ ਪਾਣੀ ਪੀਨੇ ਉਹ ਤੁਸੀਂ ਜ਼ਿਆਦਾ ਪੀ ਸਕਦੇ ਆ ਸੋ ਪਾਣੀ ਦਾ ਵੀ ਫਰਕ ਫਰਕ ਹੁੰਦਾ ओके ਅਸੀਂ ਇਹ ਗੱਲਬਾਤਾਂ ਜਾਰੀ ਰੱਖਾਂਗੇ ਤੇ स्मੂਦੀਜ਼ ਦੇ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਹੁਣ ਅਸੀਂ ਮਾਈ ਫੇਵਰਿਟ ਡਰਿੰਕ ਯਾ ਦੇਖੋ स्मੂਦੀਜ਼ ਇਹ ਹੁੰਦਾ ਅਮ ਈਜ਼ੀ ਕਨਵੀਨੀਅੰਟ ਤੁਸੀਂ ਜਿਹੜੇ ਤੁਹਾਡੇ ਫੇਵਰਿਟ ਫਰੂਟਸ ਹੈ ਉਹ ਚ ਪਾਤੇ ਠੀਕ ਰਾਈਟ ਜਿਦੋਂ ਤੁਸੀਂ ਥੋੜੀ ਯੂ نو ਪਾਵਰ स्मੂਦੀ ਚ ਆਈਡੀਆ ਅਮ ਹੈਮ ਸੀਡਸ ਵਿੱਚ ਪਾਤੇ ਚੀਆ ਸੀਡਸ ਵਿੱਚ ਪਾ ਸਕਦੇ ਆ ਅਮ ਆਮਨ ਮਿਲਕ ਯੂ نو ਸੋਇ ਮਿਲਕ ਇਨ ਦੀ ਜਿਸ ਵਾਟ ਸਕਦੇ ਆ ਅਦਰਵਾਈਜ਼ ਜਿਹੜੇ ਤੁਹਾਡੇ ਫੇਵਰਿਟ ਫਰੂਟਸ ਨੇ ਬਲੈਂਡਰ ਵਿੱਚ ਪਾ ਤੇ ਥੋੜਾ ਪਾਣੀ ਪਾ ਤਾ ਸਮੂਦੀ ਹੋ ਗਈ ਜਿੱਥੇ ਮਰਜੀ ਲਾ ਜਾਓ ਜਦੋਂ ਮਰਜੀ ਪੀ ਸਕਦੇ ਆ ਤੁਹਾਨੂੰ એનર્ਜੀ ਮਿਲੂਗੀ ਪਾਣੀ ਮਿਲੂਗਾ ਬਾਕੀ ਜਿੰਨੇ ਵੀ ਵਿਟਾਮਿਨਸ ਨਿਊਟ੍ਰੀਐਂਟਸ ਫਰੂਟ ਵਿੱਚ ਹੁੰਦੇ ਆ ਸਾਰੇ ਮਿਲੂਗਾ ਫਾਈਬਰ ਮਿਲੂਗਾ ਫਾਈਬਰ ਮਿਲੂਗਾ ਅੱਛਾ ਤੇ ਕੁਝ ਲੋਕ ਕਹਿੰਦੇ ਮੈਨੂੰ ਚੰਗੀ ਨਹੀਂ ਲੱਗਦੀ ਸਮੂਦੀ ਤਾਂ ਉਹ ਖੰਡ ਪਾ ਲੈਂਦੇ ਉੱਤੋਂ ਯਾ ਦੇਖੋ ਹੁਣ ਜੇ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਤੇ ਮਤਲਬ ਉਹਨਾਂ ਨੇ ਜਿਹੜੇ ਫਰੂਟ ਵਿੱਚ ਪਾਏ ਆ ਉਹ ਨਹੀਂ ਚੰਗੇ ਲੱਗਦੇ ਰਾਈਟ ਉਹ ਜਿਹੜੇ ਬੰਦੇ ਕਹਿੰਦੇ ਮੈਨੂੰ ਆਮ ਬਹੁਤ ਸਵਾਦ ਆ ਤੇ ਤੁਸੀਂ ਆਮ ਵਿੱਚ ਸਮੂਦੀ ਵਿੱਚ ਪਾ ਦਿਓ ਤੇ ਕਹਿੰਦੇ ਨਹੀਂ ਯਾਰ ਇਹ ਸਮੂਦੀ ਸਵਾਦ ਨਹੀਂ ਹੈਗੀ ਇਹ ਆਮ ਵੀ ਪਾਇਆ ਰਾਈਟ ਇਹ ਜਿਹੜੀ ਸਾਡੀ ਸਾਈਕੋਲੋਜੀਕਲ ਪਰਸੈਪਸ਼ਨ ਹੁੰਦੀ ਨਾ ਉਹਦੇ ਕਰਕੇ ਅਸੀਂ ਸੋਚਦੇ ਮੈਨੂੰ ਨਹੀਂ ਪਸੰਦ ਮੈਨੂੰ ਨਹੀਂ ਪਸੰਦ ਪਰ ਅਸਲੀ ਤਾਂ ਇਹ ਫਰੂਟ ਤਾਂ ਉਹੀ ਆ ਨਾ ਸੇਮ ਉਹੀ ਆ ਹੁਣ ਜੇ ਕਿਸ ਨੂੰ ਥੋੜਿਆ ਮਿੱਠਾ ਕਰਨਾ ਹੋਵੇ ਸਪੋਜ਼ ਤੁਸੀਂ ਬੇਰੀਜ਼ ਜਿਆਦਾ ਪਾਇਆ ਸਟ੍ਰਾਬੇਰੀਜ਼ ਰੈਸਬਰੀਜ਼ ਹਾਂ ਉਹਨਾਂ ਵਿੱਚ ਮਿਠਾਸ ਯੂ ਨੋ ਇਹ ਨਹੀਂ ਹੁੰਦਾ ਨਹੀਂ ਹੈਗਾ ਸੋ ਉਹਦੇ ਵਿੱਚ ਤੁਸੀਂ ਡੇਟਸ ਪਾ ਸਕਦੇ ਹੋ ਅੱਛਾ ਯਾ ਠੀਕ ਮਿੱਠਾ ਖੰਡ ਨਾ ਪਾਓ ਖੰਡ ਨਾ ਪਾਓ ਡੇਟਸ ਪਾ ਲਓ ਯਾ ਨੀ ਤਾਂ ਕਿਲਾ ਹੂੰ ਕਿਲੇ ਬਥੇਰੀ ਸਹੀ 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 ਕਿਲੇ ਮਿੱਠੇ ਹੁੰਦੇ ਬਿਲਕੁਲ ਠੀਕ ਹੈ ਤੇ ਇਹ ਤੁਹਾਡੇ ਲਈ ਇਹ ਪਾਵਰ ਡਰਿੰਕ ਮੈਨੂੰ ਲੱਗਦਾ ਬਣ ਜਾਂਦੀ ਹੈ ਜਦੋਂ ਤੁਸੀਂ ਪੀਂਦੇ ਆ ਯੂ ਫੀਲ ਐਨਰਜੈਟਿਕ ਐਂਡ ਰਫਰੈਸ਼ ਤੇ ਜਿੱਥੇ ਮਰਜੀ ਲੈ ਜਾਓ ਨਾਲ ਆ ਤੁਸੀਂ ਮਰਜੀ ਲੈ ਜਾਓ ਮੈਂ ਜਦੋਂ ਅ ਕਿਸੇ ਪਹਿਲਾਂ ਪ੍ਰੋ ਐਥਲੀਟਸ ਨਾਲ ਕੰਮ ਕਰਦਾ ਸੀਗਾ ਅੱਛਾ ਉਹਨਾਂ ਦੇ ਮੇਨ ਚੀਜ਼ ਸੀ ਕਿ ਸਾਨੂੰ ਹਮੇਸ਼ਾ ਕੁਝ ਕੁਝ ਚਾਹੀਦਾ ਹੈ smoothies ਸੋ ਉਹਨਾਂ ਨੂੰ smoothies ਦਾ ਲਤ ਸੀ NHL hockey players football players ਜੋ ਵੀ ਸੀਗੇ ਉਹ ਜਿੱਥੇ ਵੀ ਉਹਨਾਂ ਨੂੰ smoothie ਕੋਲ ਹੁੰਦੀ ਸੀ ਉਹਨਾਂ ਕੋਲ ਹਮਮ ਰਾਈਟ ਬਿਫੋਰ ਹਾਕੀ ਆਫਟਰ ਹਾਕੀ ਪ੍ਰੈਕਟਿਸ ਵੀ ਗਾਟ ਅ smoothies ਪੀਣ ਦੇ ਸੀ ਅ ਹੋਰ ਕਿਦਾਂ ਦੀ ਵੈਰਾਈਟੀ ਆਫ smoothies ਤੁਸੀਂ ਰეკਮੈਂਡ ਕਰੋਗੇ ਕਿ ਕੀ ਕੀ ਇਨਗਰੀਡੀIENTS ਹੋਣੇ ਹੀ ਚਾਹੀਦੇ ਆ ਤੁਹਾਡੀ smoothie ਦੇ ਵਿੱਚ ਯਾ ਲਾਈਕ ਫਰੂਟਸ ਆਬਵੀਅਸਲੀ ਸੋ ਮੇਨ ਚੀਜ਼ ਇਸ ਫਰੂਟਸ ਹੈ ਰਾਈਟ ਤੇ ਸਪੋਜ਼ ਟੂ ਸੀ ਯੂ نو ਪਾਵਰ ਸਮੂਦੀ ਚਾਹਨੇ ਆ ਵੀ ਜੋ ਜਿਸ ਫੋਰ ਜਿਆਦਾ ਯੂ نو ਹੈਵੀ ਹੋਵੇ ਤੁਸੀਂ ਯੂ نو ਦੋ ਘੰਟੇ ਵਿੱਚ ਪੀ ਸਕਦੇ ਆ ਤੇ ਤੁਹਾਨੂੰ ਆਲਮੋਸਟ ਲਾਈਕ ਮੀਲ ਰਿਪਲੇਸਮੈਂਟ ਹੈ ਲੋ ਰਾਈਟ ਐਂਡ ਦੈਨ ਦੀ ਸਮੂਦੀ ਵਿੱਚ ਤੁਸੀਂ ਸਿੰਪਲ ਕੇਲੇ ਡੇਟਸ ਆਲਮੰਡ ਬਟਰ ਅਮ ਸੋਇ ਮਿਲਕ ਤੇ ਹੈਮ ਸੀਡਸ ਓਕੇ ਇਹ ਚੀਜ਼ਾਂ ਹਮਮ ਜਿਸ ਜਾਂ ਸਾਰੇ ਪਾ ਸਕਦੇ ਆ ਆ ਜਿਆ ਥੋੜੇ ਮਿਕਸ ਮੈਚ ਕਰ ਸਕਤੇ ਹੈ ਪਰ ਇਹ ਚੀਜ਼ਾਂ ਤੁਸੀਂ ਕੰਬਾਈਨ ਕਰਕੇ ਤੁਹਾਨੂੰ ਥੋੜੀ ਪਾਵਰ ਸਮੂਦੀ ਹੋ ਜਾਂਦੀ ਹੈ ਮੀਲ ਰੀਪਲੇਸਮੈਂਟ ਕਹੋ ওকে ਐਂਡ ਜਿਹੜੇ ਕੇਲ ਸਪਿਨਚ ਇਹ ਵੀ ਬਰੋਂਦੇ ਯਾ ਸੋ ਕੀ ਲੁਕੀ ਯੂ نو ਕੇਲ ਸਪਿਨਚ ਵਿੱਚ ਪਾ ਦਿੰਦੇ ਆ ਮੈਦਮ ਸੱਚ ਉਸ ਸਮੇਂ ਮੈਦਮ ਚੀਜ਼ਾਂ ਸਮੂਦੀ ਵਿੱਚ ਪਾਉਂਦਾ ਨਹੀਂ ਹੈਗਾ ਕਿ ਮੈਨੂੰ ਫਰੂਟ ਬਹੁਤ ਸਵਾਦ ਲੱਗਦਾ ਹੈ ਤੇ ਮੈਂ ਫਰੂਟ ਤੋਂ ਸਵਾਦ ਨਹੀਂ ਖਰਾਬ ਕਰਨਾ ਚਾਹਦਾ ਸੋ ਜਿਹੜੇ ਕੇਲ ਸਪਿਨਚ ਇਹ ਦੀ ਜਿਹੜਾ ਉਹ ਮੈਂ ਜੂਸ ਕਰਦਾ ओके ਉਹਦਾ ਜੂਸ ਕਰ ਲੈਣਾ ਸੋ ਮੇਰੇ ਇਹ ਜਿ ਜਿਨ ਵੀ ਇਸ ਮੇਰੇ ਗ੍ਰੀਨਸ ਹੁੰਦੇ ਨਾ ਉਹਨਾਂ ਦਾ ਮੈਂ ਜੂਸ ਕਰਦਾ ਫਰੂਟਸ smoothies ओके ਵੰਡਰਫੁਲ ਤੇ smoothies ਵਾਸਤੇ ਤੁਸੀਂ ਕੀ ਰეკਮੈਂਡ ਕਰੋਗੇ ਤੁਸੀਂ ਕਿ ਐਮਨ ਮਿਲਕ ਤੇ ਕਈ ਜਣ ਯੋਗਰਟ ਪਾਣਾ ਪਸੰਦ ਕਰਦੇ ਕਈ ਜਣ ਦੁੱਧ ਪਾਣਾ ਪਸੰਦ ਕਰਦੇ ਯਾ ਦੇਖੋ ਹੁਣ ਜਿਹੜੇ ਯੂ نو ਮੈਂ ਆਪ ਡੈਰੀ ਰეკਮੈਂਡ ਕਰਦਣੀ ਹੈ ਕਿਸ ਨੂੰ ਪਰ ਜੇ ਕਿਸ ਨੂੰ ਉਹ ਚੀਜ਼ੇ ਪਾਣੀ ਫੇ ਪਾ ਲੋ ਹਮ ਰਾਈਟ ਚੱਲਦਾ ਹੈ ਤੇ ਹੁਣ ਕਿਉਂਕਿ ਜੂਸ ਦੇ ਬਾਰੇ ਤੁਸੀਂ ਮੈਂਸ਼ਨ ਕਰ ਦਿੱਤਾ ਹੈ ਉਦਾਂ ਕਹਨੇ ਆਇਆ ਸੀ ਕਿ ਬਾਹਰੋਂ ਜੂਸ ਜਿਹੜੇ ਆ ਜਿਹੜੇ ਸਾਨੂੰ ਮਿਲਦੇ ਆ ਮਾਰਕੀਟ ਦੇ ਵਿੱਚ ਉਹ ਰეკਮੈਂਡ ਨਹੀਂ ਕਰਦੇ ਬਹੁਤੇ ਡਾਈਟੇਸ਼ਨ ਕਿਉਂ ਕਿਉਂਕਿ ਉਹਦੇ ਵਿੱਚ ਮਿੱਠੇ ਤੇ ਕੰਟੈਂਟ ਬਹੁਤ ਜ਼ਿਆਦਾ ਹੈ ਤੇ ਤੁਸੀਂ ਆਪ ਜੇ ਘਰ ਕੱਢੋ ਜੂਸ ਤਾਂ ਫੇਰ ਠੀਕ ਹੈ ਯਾ ਜੇ ਜਿਸ ਆਪ ਕੱਢਣਾ ਨਾ ਮੇਨ ਚੀਜ਼ ਹੋਏ ਤੇ ਫਰੂਟ ਤਾਂ ਨਹੀਂ ਜੂਸ ਕੱਢਣਾ ਹੈਗਾ ਅੱਛਾ ਯਾ ਕਿੰਝ ਜਿ ਕੁਦਰਤ ਨੇ ਨੇਚਰ ਨੇ ਜਿਸ ਤਰ੍ਹਾਂ ਫਰੂਟਾਂ ਆਏ ਹੈਗਾ ਨਾ ਉਹਦੇ ਵਿੱਚ ਅਸੀਂ ਕਹਿੰਨੇ ਮੈਜੀਕਲ ਇੰਗਰੀਡੀਅੰਟ ਹੁੰਦੀ ਹੈ ਪੈਕਟਿਨ ਜੇ ਤੁਸੀਂ ਪੈਕਟਿਨ ਕੱਢ ਦਿੰਦੇ ਆ ਸੋ ਜੇ ਤੁਸੀਂ ਐਪਲ ਖਾਣੇ ਆ ਰਾਈ ਤੁਸੀਂ ਚਾਰ ਪੰਜ ਐਪਲ ਖਾ ਲਓ ਤੁਹਾਨੂੰ એનર્ਜੀ ਮਿਲਗੀ ਨਿਊਟ੍ਰੀਐਂਟਸ ਮਿਲੋਗੇ ਕੋਈ ਬਲੱਡ ਸ਼ੂਗਰ ਦੀ ਕੋਈ ਪ੍ਰੋਬਲਮ ਨਹੀਂ ਹੋਗੀ ਕੋਈ ਇਨਸੂਲਿਨ ਰਿਸਪਾਂਸ ਨਹੀਂ ਹੋਊਗਾ ਜੇ ਤੁਸੀਂ ਉਹ ਹੀ ਤਿੰਨ ਚਾਰ ਐਪਲ ਦਾ ਜੂਸ ਕੱਢ ਕੇ ਪੀਨੇ ਆ ਤੁਹਾਡੇ ਬਰਸ਼ ਹੋ ਕੇ ਪਜੂਗੀ ਇਨਸੂਲਿਨ ਇਨਸੂਲਿਨ ਰਿਸਪਾਂਸ ਹੋਗਾ ਜਿਹੜੀ ਪੈਕਟਿਨ ਆ ਉਹ ਤੁਸੀਂ ਸਾਰੇ ਰਿਮੂਵ ਕਰਦੇ ਹਾਂ ਸੋ ਪੈਕਟਿਨ ਜਿਹੜੀ ਫਰੂਟ ਦੇ ਵਿੱਚ ਹੁੰਦੀ ਆ ਹਰੇਕ ਫਰੂਟ ਵਿੱਚ ਹੁੰਦੀ ਆ ਉਹ ਤੁਹਾਡੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੀ ਆ ਬੈਲੈਂਸ ਕਰਦੀ ਆ ਸਲੋ ਰਿਲੀਜ਼ ਪਰ ਜੇ ਤੁਸੀਂ ਜੂਸ ਕਰ ਦਿੰਨੇ ਆ ਫਿਰ ਉਹ ਕੋਈ ਕੰਟਰੋਲ ਨਹੀਂ ਹੈਗਾ ਜੀ ਐਂਡ ਵਾਟ ਅਬਾਊਟ ਬੋਟਲ ਜੂਸਸ ਬਿਲਕੁਲ ਨਹੀਂ ਲਾਈਕ ਤੁਸੀਂ ਐਪਲ ਜੂਸ orange ਜੇ ਹਾਂਜੀ ਉਹ ਬਿਲਕੁਲ ਨਹੀਂ ਬੱਚਿਆਂ ਵਾਸਤੇ ਵੀ ਨਹੀਂ ਬੱਚਿਆਂ ਨੂੰ ਤਾਂ ਬਿਲਕੁਲ ਨਹੀਂ ਦੇਣਾ ਚਾਹੀਦਾ ਮੈਨੂੰ ਉਹਨੂੰ ਦੱਸੀ ਬਲੀਵ ਕਰ ਮੈਨੂੰ 15 ਸਾਲ ਹੋ ਗਿਆ ਹਾਂਜੀ ਵੈਂਕੂਵਰ ਚ ਨਾ ਸਕੂਲਾਂ ਦੇ ਨਾਲ ਕੰਮ ਕਰਦੇ ਨੇ ਅੱਛਾ ਜੂਸ ਬਾਕਸਸ ਬੈਨ ਕਰ ਲਈ ਆ ਉਹ ਤੇ ਲੰਚ ਚ ਪਾ ਕੇ ਦਿੰਦੇ ਆ ਨਾਲ ਯੈਸ ਬਟ ਇਟਸ 슈ਗਰ ਵਾਟਰ ਰਾਈਟ ਜਿੰਨਾ ਤੁਸੀਂ ਉਹਨਾਂ ਜਿਆਦਾ ਨਿਆਣ ਨੂੰ ਦਿੰਦੇ ਆ ਉਹਨਾਂ ਜਿਆਦਾ ਉਹਨਾਂ ਦੇ ਬ੍ਰੇਨ ਸੈਲਸ ਨੇ ਮਰਦੇ ਆ Mhm mm like mm -hmm. there's a direct correlation between juice boxes and brain atrophy okay so hun ta sanu inni tarah de extract milan lagge ya when we go to buy the grocery oh jehdi vegetables di aya la fridge hai oh de vich hi chhotiyan chhotiyan botlan aur mahangiyan oh sastiyan nahi hai oh fe botlan kadiyan hundiyan oh depend karda hun you know ki hai right ke jehde juice hunde hai ਕੱਲੇ ਵੈਜੀਟਬਲਸ ਵਗੈਰੇ ਹੁੰਦੇ ਆ ਚਲੋ ਠੀਕ ਹੈ ਜਿਹੜਾ ਬੰਦਾ ਆਪ ਨਹੀਂ ਬਣਾਉਣਾ ਚਾਹੁੰਦਾ ਸਟੋਰ ਜਾ ਕੇ ਲਿਆਓ ਠੀਕ ਹੈ ਰਾਈਟ ਪਰ ਜਿਹੜੇ ਫਰੂਟ ਹੈਗੇ ਨਾ ਫਰੂਟ ਜੂਸਸ ਓਵੋਇਡ ਕਰਨੇ ਚਾਹੀਦੇ ਹਮ ਸਪ੍ਰੀਤੀ ਕਿਉਂਕਿ ਅਸੀਂ ਜਿਹੜੇ ਲਿਕੁਇਡਸ ਲੈਨੇ ਆ ਉਹ ਉਹਨਾਂ ਬਾਰੇ ਗੱਲ ਹੋ ਰਹੀ ਹੈ ਤਾਂ ਮੈਂ ਨਾ ਪੂਰਾ ਦਾ ਪੂਰਾ ਪ੍ਰੋਗਰਾਮ ਇਹਦੇ ਤੇ ਕਰ ਲੈਣੀ ਹੁੰਨੀ ਤੇ ਸਾਡੇ ਲਿਸਨਰਸ ਬਹੁਤ ਖੁਸ਼ ਹੁੰਦੇ ਹੁੰਦੇ ਜਦੋਂ ਅਸੀਂ ਗੱਲ ਕਰਦੇ ਆ ਚਾਹ ਦੀ ਇਆ ਸੋ ਚਾਹ ਆ ਬੰਮ ਮੱਲ ਸਵੇਰਾ ਦੁਪਹਿਰਾਂ ਸ਼ਾਮ ਆ ਲਿਆਓ ਜੀ ਚਾਹ ਲਿਆਓ ਮੀ ਪੈਂਦਾ ਆ ਤੋਪਾ ਤੇ ਫੇ ਚਾਹ ਲਿਆਓ ਮੂਡ ਠੀਕ ਕਰਨਾ ਚਾਹ ਲਿਆਓ ਹੁਣ ਆਪਾਂ ਮਿਲੇ ਹੋਇਆ ਤੁਹਾਨੂੰ ਬੁਲਾਈ ਆਓ ਜੀ ਆਓ ਚਾਹ ਪਲਾਓ ਕੀ ਕਹੋਂਗੇ ਇਸ ਚਾਹ ਬਾਰੇ ਯਾ ਦੇਖੋ ਜਿਹ ਚਾਹ ਜਿ ਜਿਹੜੇ ਸੜੇ ਰਿਚੂ ਕਹਿੰਦੇ ਟ੍ਰੈਡੀਸ਼ਨ ਬਣਿਆ ਚਾਹ ਦਾ ਹੁਣ ਪਹਿਲੇ ਪਹਿਲੇ ਜੇ ਅਸੀਂ ਚਾਹ ਪੀਂਦੇ ਸੀਗੇ ਬਹੁਤ ਸਿਰ ਪਹਿਲਾਂ ਮੈਂ ਹਜ਼ਾਰਾਂ ਸਾਲ ਪਹਿਲਾਂ ਕਰਦੇ ਆਯੁਰਵੇਦ ਜਦੋਂ ਸ਼ੁਰੂ ਹੋਇਆ ਸੀਗਾ ਚਾਹ ਤੋਂ ਉਸ ਦਿਨੋਂ ਹੀ ਕੱਲ ਸ਼ੁਰੂ ਕੀਤੀ ਬਾਈ ਠੀਕ ਹੈ इवन ਹੁਣ ਚਾਈਨਾ ਵਿੱਚ ਜਿੰਨੇ ਵੀ ਚਾਹ ਪੀਂਦੇ ਆ ਉਹਨਾਂ ਦਾ ਇੱਕ ਸਟਾਈਲ ਹੁੰਦਾ ਹੈ ਉਹਦਾ ਇੱਕ ਸਿਸਟਮ ਹੁੰਦਾ ਤਰੀਕਾ ਹੁੰਦਾ ਚਾਹ ਪੀਂਦਾ ਤੇ ਹੁਣ ਮੈਂ ਤਾਂ ਚਾਈਨਾ ਬਹੁਤ ਜਨਾ ਬਿਜ਼ਨਸ ਕਰਕੇ ਜਨਾ ਰਹਾ ਨਾ ਬਹੁਤ ਫਰੈਂਚ ਉੱਥੇ ਉੱਥੇ ਜੋ ਚਾਹ ਦਿੰਦੇ ਨਾ ਪਹਿਲਾਂ ਪਾਣੀ ਇੱਕ ਸਹੀ ਟੈਂਪਰੇਚਰ ਤੇ ਲੈਂਦੇ ਆ ਓਕੇ ਫੇਰ ਚਾਰੇ ਪੱਤੀਆਂ ਹੁੰਦੀਆਂ ਨੇ ਪੱਤੀਆਂ ਨਹੀਂ ਹੁੰਦੀਆਂ ਪੱਤੇ ਹੁੰਦੇ ਆ ਅੱਛਾ ਜਸ ਪਿure ਟੀ ਲੀਵਸ ਓਕੇ ਉਹ ਹੁੰਦੇ ਆ ਉਹਦੇ ਵਿੱਚ ਜਦੋਂ ਗਰਮ ਪਾਣੀ ਪਾ ਕੇ ਨਾ ਪਹਿਲੇ ਜਿਹੜਾ ਇੱਕ ਆ ਪਾਉਂਦੇ ਆ ਉਹ ਪਾਣੀ ਉਵੇਂ ਪਹਿਲਾਂ ਢੋਲ ਦਿੰਦੇ ਆ ਫਿਰ ਦੁਬਾਰਾ ਪਾਉਂਦੇ ਆ ਫਿਰ ਉਹ ਚਾਹ ਬੈਠੀ ਰਹਿੰਦੀ ਆ ਸਟੀਫ ਹੁੰਦੀ ਆ ਫਿਰ ਪੀਂਦੇ ਆ ਓਕੇ ਉਸ ਵਿੱਚ ਜਿੰਨੇ ਵੀ ਪੱਤੇ ਦੇ ਨਿਊਟ੍ਰੀਐਂਟਸ ਹੈਗੇ ਆ ਉਸ ਟਾਈਮ ਸਾਰੇ ਨਿਕਲਦੇ ਆ ਉਹ ਜਿਹੜੇ ਅਸੀਂ ਚਾਹ ਪੀਂਨੇ ਇੱਕ ਤਾਂ ਚਾਹ ਪੱਤੀਆਂ ਬਾਕਸੇ ਚ ਆਉਂਦੀਆਂ ਜਿਹੜੇ ਮਰਜੀ ਬ੍ਰਾਂਡ ਲੈ ਲਓ ਹਾਂਜੀ ਹਾਂਜੀ ਉਹਦੇ ਵਿੱਚ ਇੱਕ ਤਾਂ ਜਿਹੜੇ ਚਾਹ ਦੀ ਵੈਲੀ ਹੁੰਦੀ ਹੈ ਨਿਊਟ੍ਰੀਐਂਟਸ ਉਹ ਤਾਂ ਆਲਰੇਡੀ ਗਾਨਿਆ ਹੂੰ ਰਾਈਟ ਫਿਰ ਅਸੀਂ ਚਾਹ ਨੂੰ ਬਾਲ-ਬਾਲ ਕੇ ਉਹਦਾ ਜੂਪਰ ਘੱਟ ਦਿੰਨੇ ਆ ਉੱਤੇ ਫਿਰ ਦੁੱਧ ਵੇਕੇ ਉਹਦਾ ਬਾਲਾ ਦੇ ਦਿੰਨੇ ਆ ਨਹੀਂ ਐਟ ਦੀ ਐਂਡ ਆਫ ਇਟ ਤੁਹਾਨੂੰ ਕੋਈ ਨਿਊਟ੍ਰੀਐਂਟਸ ਹੈ ਨਹੀਂ ਕੋਈ ਕੁਝ ਨਹੀਂ ਫਾਇਦਾ ਨਹੀਂ ਮਿਲਦਾ ਚਾਹ ਦਾ ਉੱਤੇ ਫਿਰ ਖੰਡ ਪਾਨੇ ਦੋ ਦੋ ਤਿੰਨ ਚਮਚੇ ਫਿਰ ਨਾਲ ਇੱਕ ਜਲੇਬੀ ਖਾ ਲਈ ਇੱਕ ਬਰਫੀ ਖਾ ਲਈ ਜੋ ਵੀ ਹੈਗਾ ਲੱਡੂ ਖਾ ਲਿਆ ਰਾਈਟ ਯੂ نو ਮੱਠੀ ਮੱਠੀ ਜੋ ਵੀ ਹੈਗਾ ਸੋ ਅਜੇ ਸਾਡੇ ਹੁਣ ਕ੍ਰਿਸ਼ਨ ਬਣ ਗਿਆ ਨਾ ਇਹ ਸੇਤ ਲਈ ਚੰਗਾ ਨਹੀਂ ਹੈਗਾ ਹੁਣ ਕਿਦਾਂ ਤੋੜ ਗਿਆ ਮੈਂ ਤੁਹਾਨੂੰ ਤੇ ਕਹ ਦੱਸ ਨਹੀਂ ਸਕਦਾ ਕਿਉਂ ਜਦੋਂ ਹੀ ਮੈਂ ਸਾਰੇ ਘਰ ਚ ਵੀ ਜੋ ਚਾਹ ਦੀ ਗੱਲ ਚੱਲਦੀ ਹੈ ਨਹੀਂ ਨਹੀਂ ਚਾਹ ਤਾਂ ਪੀਣੀ ਪੀਣੀ ਹੈ ਪੀਣੀ ਪੀਣੀ ਹੈ ਹਾਂ ਤੁਸੀਂ ਮੱਟੀ ਮਟਰੀ ਦੀ ਗੱਲ ਕੀਤੀ ਮੈਂ ਤਾਂ ਆਪਣਾ ਜੀ ਕਰਦਾ ਸੋ ਫ੍ਰੀ ਇਫ ਇਦਾ ਮਤਲਬ ਇਹ ਹੈ ਕਿ ਚਲੋ ਇਹ ਤਾਂ ਆਪਣਾ ਟ੍ਰੈਡੀਸ਼ਨ ਜਾਂ ਕਲਚਰ ਇਹ ਰਹਿਣਾ ਹੀ ਆ ਬਟ ਜਿੰਨਾ ਕੰਟਰੋਲ ਕਰ ਸਕੋ ਉਹਨਾਂ ਤੁਹਾਡੀ ਮਰਜ਼ੀ ਆ ਸਾਡੇ ਸੁਣਨ ਵਾਲਿਆਂ ਦੀ ਮਰਜ਼ੀ ਆ ਤੇ ਗ੍ਰੀਨ ਟੀ ਉਹ ਵੀ ਇੰਨੇ ਤਰ੍ਹਾਂ ਦੀ ਯੋਰ ਵੈਰਾਈਟੀ ਯੋਰ ਕਿਹੜੇ ਕਿਹੜੇ ਫਲੇਵਰਸ ਆ ਵਾਟ ਵੁੱਡ ਯੂ ਸੇ ਅਬਾਊਟ ਦੋਸ ਯੇ ਸੇਮ ਜਸਟ ਹਮ ਚਾਹੀ ਗੱਲ ਕੀਤੀ ਹੈ ਰਾਈਟ ਅੰਜੀ ਸੀ ਚਾਹ ਪੀਣੀ ਵੀ ਹੈਗੀ ਆ ਹਮ ਬਹੁਤ ਦੁੱਖ ਨੂੰ ਮੈਂ ਨੰਬਰ ਵੈਂਕੂਵਰ ਚ ਰੇਡੀਓਸ ਸ਼ੋਅ ਦੇ ਸੁਣਦੇ ਰਹਿੰਦੇ ਆ ਹਾਂਜੀ ਤੇ ਉਹਨੇ ਚਾਹ ਪੱਤੀਆਂ ਬੰਦ ਕੀਤੀਆਂ ਤੇ ਹੁਣ ਮਸਾਲੇ ਤੇ ਟੀ ਲੀਵਜ਼ ਲੈ ਕੇ ਉਹ ਚਾਹ ਬਣਾਉਂਦੇ ਆ ਠੀਕ ਹੈ ਸੋ ਲੌਂਗ ਇਲਾਇਚੀ ਸੌਂਫ ਫੁਗਰਾ ਠੀਕ ਹੈ ਉੱਤੇ ਟੀ ਲੀਵਜ਼ ਪਾਪਾ ਗ੍ਰੀਨ ਟੀ ਯੂ ਪੂਰ ਟੀ ਜੈਸਮਿਨ ਜੜੀ ਮਰਜੀ ਹੋਵੇ ਉਹਦੇ ਪੱਤੇਆਂ ਵਿੱਚ ਪਾ ਕੇ ਫਿਰ ਉਹ ਚਾਹ ਪੀਂ ਲਾ ਪੈਂਦੇ ਆ ਤੇ ਉਹ ਦੁੱਧ ਨਹੀਂ ਪਾਣਾ ਵਿੱਚ ਦੁੱਧ ਨਹੀਂ ਪਾਣਾ ਹੈਗਾ ਜੇ ਪਾਣਾ ਹੋਵੇ ਯੂ نو ਅਮ ਥੋੜੇ ਪਾ ਲਓ ਪਰ ਮਸਤੀ ਹੋਇਆ ਜੇ ਮਿੱਠਾ ਚਾਹੀਦਾ ਫਿਰ ਸ਼ਹਿਦ ਪਾ ਲਓ ਓਕੇ raw hmm. unpasteurized mm -hmm. and so green tea vi osi chakkar chaj jandi hai hmm. othe tusi eh nahi vi tusi green tea de pattiyan leke tusi tea bags nahi fresh leaf acha green tea leaves hunde hai hm oh na no. ha kyuki bag othe de... vi temperature vi sahi hona chahida je tusi zyada onu boil karde na nutrients sare gaye oh, okay ਠੀਕ ਹੈ ਇੱਕ ਗ੍ਰੀਨ ਟੀ ਇਸ ਕਰਕੇ ਵੀ ਲੋਕੀ ਸੇਵਨ ਕਰਦੇ ਆ ਕਿ ਓਕੇ ਵੀ ਮੈਨੂੰ ਇਹ ਇੱਕ ਤਾਂ ਹੈਲਥੀਕ ਰਹੂਗੀ ਦੂਸਰਾ weight loss ਕਰਨ ਦੇ ਵਿੱਚ ਹੈਲਪ ਕਰੂਗੀ ਇਜ਼ दैट ट्रू ਵੈਲ weight loss ਵਿੱਚ ਟੈਕਨੀਕਲੀ ਹੈਲਪ ਨਹੀਂ ਕਰਦੀ ਹੈਗੀ ਤੁਸੀਂ ਸੋਚੋ ਜੇ ਤੁਸੀਂ ਜ਼ਿਆਦਾ ਗ੍ਰੀਨ ਟੀ ਜੋ ਕੋਈ ਲਿਕਵਿਡ ਹੋਵੇ ਪੀਨ ਲਾਪੋ ਉਹਨਾਂ ਨੂੰ ਤੁਸੀਂ ਕੱਟ ਖਾਓਗੇ ਜਿਹੜਾ ਤੁਸੀਂ ਕੱਟ ਖਾਓਗੇ ਉਹਨਾਂ ਦਾ ਪਰ ਕੱਟ ਹੋ ਗਿਆ ਸੋ ਦੈਟਸ ਦਾ ਕਾਜ਼ਨ ਇਫੈਕਟ ਸੋ ਇਹ ਤਾਂ ਹੋਈ ਚਾਹ ਦੀ ਗੱਲ ਹੁਣ ਕੈਫੇ ਦੇ ਨਾਲ ਹੀ ਰਿਲੇਟਡ ਹੈ ਕੌਫੀ ਸੋ ਕੌਫੀ ਚਾਹੇ ਤੁਸੀਂ ਬਲੈਕ ਕੌਫੀ ਪੀਨੇ ਹੋ ਚਾਹੇ ਕੋਲਡ ਕੌਫੀ ਪੀਨੇ ਹੋ ਤੇ ਚਾਹੇ ਬਣਾ ਲੈਨੇ ਹੋ ਕੈਪੀਚੀਨੋ ਫਰਾਪੇ ਅਸੀਂ ਨਹੀਂ ਹਟ ਸਕਦੇ ਕੌਫੀ ਤੋਂ ਹੈ ਮਤਲਬ ਇੰਨੀ ਤੇਜ਼ ਹੁੰਦੀ ਹੈ ਫੇਰ ਵੀ ਲੋਕ ਇੰਨੀ ਪੀਂਦੇ ਹੈ ਦੇਖੋ ਇਟਸ ਐਨ ਐਡਿਕਸ਼ਨ ਜਿਵੇਂ ਸ਼ਰਾਬ ਕੋਈ ਵੀ ਡਰੱਗ ਹੋਵੇ ਇਟਸ ਐਨ ਐਡਿਕਸ਼ਨ ਐਂਡ ਕੈਫੀਨ ਦੇ ਆ ਸ਼ਾਰਟ ਟਰਮ ਜਿਹੇ ਸਾਨੂੰ ਸਟੀਮੂਲੇਸ਼ਨ ਮਿਲਦੀ ਨਾ ਇਟਸ ਵੈਰੀ ਸ਼ਾਰਟ ਟਰਮ 30 ਸੈਕਿੰਡ 60 ਸੈਕਿੰਡਸ ਯੂ ਨੋ 90 ਸੈਕਿੰਡਸ ਇੱਕ ਦੋ ਮਿੰਟ ਦੀ ਸਟੀਮੂਲੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਇਟਸ ਅ ਡਿਪਰੈਸੈਂਟ ਓ ਕੀ ਉਸ ਮਾਰਨਿੰਗ ਟਾਈਮ 'ਤੇ ਇਦਾਂ ਆ ਕਿ ਲੋਕਾਂ ਨੇ ਤਾਂ ਡਰਾਈਵ ਥਰੂ ਤੇ ਲਾਈਨਾਂ ਬਣਾਈਆਂ ਹੁੰਦੀਆਂ ਕਿ ਅਸੀਂ ਇਹਦੇ ਬਿਨਾਂ ਤਾਂ ਚੱਲ ਹੀ ਨਹੀਂ ਸਕਦੇ ਸਾਡਾ ਕੰਮ ਹੀ ਨਹੀਂ ਹੋਣਾ ਅਸੀਂ ਹਾਊ ਊਡ ਵੀ ਸਟਾਰਟ ਆ ਅ ਡੇ ਯਾ ਅਗੇਨ ਇਫ ਸਾਈਕੋਲੋਜੀ ਬਣ ਜਾਂਦੀ ਹੈ ਸੋ ਜਦੋਂ ਸਾਈਕੋਲੋਜੀਕਲ ਇਮੋਸ਼ਨਲ ਅਟੈਚਮੈਂਟ ਕਿਸੇ ਚੀਜ਼ ਨੂੰ ਹੋ ਜਾਂਦਾ ਚੰਗੀ ਹੋਵੇ ਮਾੜੀ ਹੋਵੇ ਡੋਸਨਟ ਮੈਟਰ ਬਟ ਜਿਹੜਾ ਟੂ ਅਟੈਚਮੈਂਟ ਹੈਗਾ ਨਾ ਦੈਟ ਬਿਕਮਸ ਅ ਡਰਾਈਵਿੰਗ ਫੋਰਸ ਉਹ ਜਿਹੜਾ ਕਰਕੇ ਸਾਰਾ ਕੁਝ ਕਰਦੇ ਆਮ ਜਿੰਨੇ ਮਰਜੀ ਭੈੜੀ ਚੀਜ਼ ਹੋਵੇ ਸਾਡੇ ਲਈ ਜੇਸੀ ਮਨ ਵਿੱਚ ਮੈਨੂੰ ਮੈਨੂੰ ਚਾਹੀਦੀ ਚਾਹੀਦੀ ਆ ਫਿਰ ਤੁਸੀਂ ਲੈਣੀ ਲੈਣੀ ਆ ਰਾਈਟ ਹਮ ਸੋ ਅਗੇਨ ਹਮ ਜਿਹੜਾ ਕਾਫੀ ਐਡੈਕਸ ਹੋ ਜਾਂਦੇ ਆ ਉਹ ਇੱਕ ਤੋਂ ਸ਼ੁਰੂ ਕਰਦੇ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਯੂ نو ਇਟਸ ਦਰ ਇਸ ਨੋ ਐਂਡ ਕਿਉਂਕਿ ਜਿਹੜੀ ਸਟੀਮੂਲੇਸ਼ਨ ਇਟਸ ਬੇਅਰ ਸ਼ਾਰਟ ਟਰਮ ਫਿਰ ਤੁਹਾਨੂੰ ਬਾਡ ਨੂੰ ਫੇਅਰ ਅਪਲਿਫਟ 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 ਰਾਈਟ ਲੈਣੀ ਚਾਹੀਦੀ ਹੈ ਵੈਸੇ ਦੇਖੋ ਮੈਂ ਤਾਂ ਹਮੇਸ਼ਾ ਕਹਿੰਦਾ ਲੇਡੀਜ਼ ਨੂੰ ਕਾफी ਜ਼ਿਆਦਾ ਪੀਣੀ ਨਹੀਂ ਚਾਹੀਦੀ ਬਿਲਕੁਲ ਨਹੀਂ ਕਿਉਂਕਿ ਜੋ ਕਾफी ਹੈਗੀ ਨਾ ਕੈਫੀਨ ਜਿਸ ਤਰ੍ਹਾਂ ਸੀ ਪੀ ਰਹੇ ਆ ਉਹ ਤੁਹਾਡੇ ਹਾਰਮੋਨ ਲੈਵਲਸ ਖਾਸ ਕਰਕੇ ਪ੍ਰੋਜੈਸਟਰੋਨ ਵਗੈਰਾ ਨਾ ਹਾਂਜੀ ਇਟ ਇੰਟਰਫੀਅਰਸ ਵਿਦ ਇਟ ਤੁਹਾਡੇ ਹਾਰਮੋਨ ਬੈਲੈਂਸ ਖਰਾਬ ਹੋ ਜਾਂਦਾ ਹਮਮ ਖਾਸ ਤੌਰ ਤੇ ਜਦੋਂ ਤੁਸੀਂ ਕਨਸੀਵ ਕਰਨ ਬਾਰੇ ਸੋਚ ਰਹੇ ਹੋ ਹੋ ਜਾਂ ਪ੍ਰੈਗਨੈਂਸੀ ਹੈ ਤਾਂ ਯਾ ਆਈ ਮੀਨ ਐਂਡ ਇਵਨ ਜਸ ਐਨੀ ਟਾਈਮ ਐਕਚੁਅਲੀ ਬਟ ਆਨਸਟੈਂਸ ਖਾਸ ਕਰਕੇ ਯੈਸ ਯੂ ਕੈਫੀਨ ਲੈਣੀ ਨਹੀਂ ਚਾਹੀਦੀ ਤਾਂ ਇਹ ਤੇ ਕਹਿੰਦੇ ਨਾ ਡੋਨਟ ਡਰਿੰਕ ਕਾਫੀਨ ਸ਼ਰਾਬ ਨਾ ਪੀਓ ਇਹ ਸਭ ਜੋ ਯੂ نو ਪੈਗਨਸਮ ਨੇ ਕਿਉਂ ਬੱਚੇ ਲਈ ਚੰਗਾ ਨਹੀਂ ਹੁੰਦਾ ਜੋ ਜਿਹੜੀ ਚੀਜ਼ ਬੱਚੇ ਲਈ ਚੰਗੀ ਹੁੰਦੀ ਦੈਟ ਮੀਨਸ ਆ ਸਾਲੀਡਿੰਗ ਚੰਗੀ ਹੈਗੀ ਹਾਂ ਬਿਲਕੁਲ ਠੀਕ ਹੈ ਪ੍ਰੀਤ ਹੁਣ ਜੀ એનર્ਜੀ ਡਰਿੰਕਸ ਕਿੱਦਾਂ ਚੁੱਛੇ ਛੱਡ ਲਈਏ ਉਹ ਤਾਂ ਭਾਵੇਂ ਗੈਸ ਫਿਲ ਕਰਾਉਣ ਲੱਗੇ ਤੁਸੀਂ ਅੰਦਰ ਜਾ ਕੇ એનર્ਜੀ ਡਰਿੰਕ ਲਿਆਈਓ ਬੋਤਲ ਚੱਕ ਲਈਓ ਉਹ ਕੀ ਹੈ ਗੈਸ ਸਟੇਸ਼ਨ ਅੰਦਰ ਜਾਣਾ ਨਹੀਂ ਚਾਹੀਦਾ ਸਿੰਪਲ ਬਾਰ ਨੂੰ ਗੈਸ ਪਰ ਲਉ ਬਾਰੇ ਤੇ ਕਰ ਲਓ ਯਾ ਲਓ ਐਨਰਜੀ ਡਰਿੰਕਸ ਜਿਹੜੇ ਹੈਗੇ ਆ ਸੌਫਟ ਡਰਿੰਕਸ ਅਮ ਸਪੋਰਟਸ ਡਰਿੰਕਸ ਸੌਫਟੋ ਕਿੰਨੀ ਵੱਡੀ ਇੰਡਸਟਰੀ ਹੈਗੀ ਹੈ ਵਰਲਡਵਾਈਡ ਕਿੰਨਾ ਪੈਸਾ ਖਰਚੇ ਮਾਰਕੀਟਿੰਗ ਤੇ ਐਂਡ ਜਿਸ ਤਰ੍ਹਾਂ ਖਾਣਾ ਹੈਗਾ ਜਿਸ ਤਰ੍ਹਾਂ ਜੰਕ ਫੂਡ ਹੈਗਾ ਸਾਰਾ ਮਾਰਕੀਟਿੰਗ ਨਾਲ ਚੱਲਦਾ ਹੁਣ ਸਪੋਰਟਸ ਡਰਿੰਕ ਜਦੋਂ ਕਹਤ ਆ ਲੋਕੀ ਰਿਲੇਟ ਕਰਨ ਲੱਗ ਪੈਂਦੇ ਆ ਓਕੇ ਮੈਂ ਫਿਜ਼ੀਕਲ ਐਕਟੀਵਿਟੀ ਕਰਦਾ ਜਿਮ ਜਾਣਾ ਤਾਂ ਮੈਨੂੰ ਇਹਦੀ ਲੋੜ ਹੈਗੀ ਹੈਗੀ ਆ ਸੋ ਉਹ ਇਦਾਂ ਰਿਲੇਟ ਕਰਦੇ ਆ ਯਾ ਯਾ ਬਿਲਕੁਲ ਐਂ ਲੇਕਿਨ ਜਿਹੜੀ ਸਪੋਰਟ ਡਰਿੰਕਸ ਦੀ ਇੰਡਸਟਰੀ ਹੈਗੀ ਆ ਸਾਰੀ ਮਾਰਕੀਟਿੰਗ ਨਾਲ ਚਲਦੀ ਆ ਰਾਈਟ ਹੁਣ ਛੋੜੀ ਨਿਆਣੇ ਸਪੋਰਟਸ ਦੇਖਦੇ ਨੇ ਟੀਵੀ ਤੇ ਜੋ ਵੀ ਸਪੋਰਟਸ ਵਾਲੋ ਬਾਸਕਟਬਾਲ ਫੁੱਟਬਾਲ ਹਾਕੀ ਜੋ ਵੀ ਹੈ ਉਹ ਸਾਰੇ ਨੇ ਗੇਟ ਰੇਡ ਦੀ ਬੋਤਲ ਰੱਖੀਆਂ ਜੱਗ ਰੱਖੇ ਆ ਇਹ ਹੈ ਉਹ ਉਹਨੂੰ ਰੱਖਣਾ ਪੈਂਦਾ ਹੈ ਇਹ ਗੱਲ ਅਸੀਂ ਸਮਝ ਨਹੀਂ ਹੈਗੇ ਹੂੰ ਜਿਹੜੇ ਯੂ نو ਵਾਟਐਵਰ ਦੀ ਸਪੋਰਟ ਡਰਿੰਕ ਕੰਪਨੀਆਂ ਸੱਗੇ ਨੇ ਉਹਨਾਂ ਨੇ ਕੰਟਰੈਕਟਸ ਕੀਤੇ ਸਾਰੇ sports franchise ਨੇ ਵੀ ਜਿੰਨੇ ਵੀ ਸੌਦੀ ਬੋਤਲਾਂ ਹੈਗੀਆਂ ਸਾਡਾ ਬ੍ਰਾਂਡ ਹੋਣਾ ਚਾਹੀਦਾ ਉਹਦੇ ਵਿੱਚ ਮੋਸਟਲੀ ਪਾਣੀ ਹੁੰਦਾ ਜਿੰਨੇ ਮੈਜੋਰਟੀ ਆਫ ਐਥਲੀਟਸ ਹੈਗੇ ਨੇ ਉਹ ਸਪੋਰਟ ਡਰਿੰਕਸ ਨਹੀਂ ਪੀਂਦੇ ਪਾਣੀ ਪੀਂਦੇ ਆ ਉਹਨਾਂ ਨੂੰ ਬੋਤਲਾਂ ਰੱਖਣੀਆਂ ਪੈਂਦੀਆਂ ਮਾਰਕੀਟਿੰਗ ਕਰਕੇ ਸੋ ਜਿਹੜੇ ਜਿੰਨ ਨੂੰ ਨਹੀਂ ਪਤਾ ਹੈਗਾ ਉਹ ਸੋਰਸੇ ਵਾਹੀ ਪੀ ਰਹੇ ਆ ਅਸੀਂ ਆਹੀ ਲੈਣੇ ਆ ਹਾਂਜੀ ਸੋ ਮਾਰਕੀਟਿੰਗ ਦਾ ਸਾਰਾ ਕੁਝ ਚੱਲਦਾ ਸਾਰੀ ਇੰਡਸਟਰੀ ਮਾਰਕੀਟਿੰਗ ਨਾਲ ਚੱਲਦੀ ਹੈ ਖਾਸ ਕਰਕੇ ਬੇਵਰੇਜਸ ਕੀ ਕੀ ਉਹਦੇ ਇਲੈਕਟ੍ਰੋਲਾਈਟਸ ਕਿਦਾਂ ਦਾ ਉਹਨੂੰ ਬੋਡੀ ਨੂੰ ਕੁਝ ਕਰ ਦਿੰਦੇ ਆ ਕੀ ਹੈ ਉਹਦਾ ਇਫੈਕਟ ਕਿਦਾਂ ਦਾ ਕੋਈ ਇਫੈਕਟ ਹੈ ਨਹੀਂ ਉਹ ਇਲੈਕਟ੍ਰੋਲਾਈਟਸ ਹੈ ਨਹੀਂ ਹਮਮ ਉਹ ਜਿਹੜੇ ਇਲੈਕਟ੍ਰੋਲਾਈਟਸ ਹੈਗੇ ਨੇ ਨੈਚਰਲੀ ਜਿਹੜੇ ਇਲੈਕਟ੍ਰੋਲਾਈਟਸ ਹੁੰਦੇ ਆ ਉਹ ਸੈਲਰੀ ਯੂ ਨੋ ਗੋਕਨਟਸ ਅਮ ਬਨਾਨਸ ਐਜੈਂਸੀ ਜੀ ਉਹ ਨੈਚਰਲ ਇਲੈਕਟ੍ਰੋਲਾਈਟਸ ਹੁੰਦੇ ਨੇ ਜਿਹੜੇ ਤੁਸੀਂ ਸਿੰਥੈਟਿਕਲੀ químically ਕੁਝ ਸੀ ਚੀਜ਼ ਵਿੱਚ ਪਾਣੇ ਹੈਗੇ ਆ ਉਹ ਗੱਲ ਬੱਕਰੀ ਹੁੰਦੀ ਹੈ ਹੂੰ ਹੂੰ ਸੋ ਜਿਹੜੇ ਅਸੀਂ ਪੀਰੇ ਆ ਜੇ ਸਪੋਰਟ ਡ੍ਰਿੰਕਸ ਵਗੈਰੇ ਸਾਰੇ ਜਿਹੜੇ ਪਾਣੀ ਰੰਗ ਪਾਇਆ ਹੁੰਦਾ ਤੁਹਾਡੇ కెమికਲਸ ਪਾਏ ਹੁੰਦੇ ਆ ਦੈਟਸ ਇਟ ਆਲ ਰਾਈਟ ਅੱਛਾ ਮੈਂ ਇੱਕ ਚੀਜ਼ ਹੋਰ ਸੋਚਦੀ ਹੁੰਨੀ ਆ ਕਿ ਇਹ ਰੰਗ ਵਾਲੀਆਂ ਬੋਤਲਾਂ ਕਿੰਨੀਆਂ ਸਾਰੀਆਂ ਆ ਜਾਂ ਭਾਵੇਂ ਕਾਟਨ ਦੇ ਵਿੱਚ ਆਂਦਾ ਆ ਤੁਹਾਡੇ ਕੋਲ ਜੂਸ ਜਿਹੜਾ ਤੁਸੀਂ ਇੰਡੀਆ ਚ ਬਹੁਤ ਪਸੰਦ ਕਰਦੇ ਹੁੰਦੇ ਸੀਗੇ ਤੇ ਕਦੋਂ ਦੇ ਆਏ ਹੁੰਦੇ ਹੋਣਗੇ ਤੇ ਤੁਹਾਡੇ ਗ੍ਰੋਸਰੀ ਸਟੋਰ ਤੇ ਕਦੋਂ ਦੇ ਪਏ ਆ ਸ਼ੈਲਫਾਂ ਤੇ ਔਰ ਉਹ ਵਾਲੇ ਫ੍ਰਿਜ ਚ ਵੀ ਨਹੀਂ ਪਏ ਹੁੰਦੇ ਔਰ ਅਸੀਂ ਉਹਨੂੰ ਕੰਜ਼ਿਊਮ ਕਰਦੇ ਹਾਂ ਘਰ ਲਿਜਾ ਕੇ ਮੈਨੂੰ ਲੱਗਦਾ ਹੁੰਦਾ ਕਿ ਪਤਾ ਨਹੀਂ ਕਿੰਨੇ ਕੁ ਪੁਰਾਣੇ ਹੋਣੇ ਆ ਇਹ ਕਿਦਾਂ ਸੋਡੀਅਮ ਐਂਡ ਮਿੱਠੇ ਦੇ ਕੰਟੈਂਟ ਦੇ ਨਾਲ ਇਹਨਾਂ ਨੂੰ ਪ੍ਰੀਜ਼ਰਵ ਕਰਦੇ ਹੋਣੇ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਯਾ ਦੇਖੋ ਖਾਸ ਕਰਕੇ ਜਿਹੜੇ ਪਾਪ ਹੈਗਾ ਯੂ نو ਜਿਹੜੇ ਮਰਜੀ ਹੋਵੇ ਹਮ ਪਰਫਿਸ਼ ਸ਼ੁਗਰਸ ਪਾਈ ਹੁੰਦੇ ਆ ਯੂ نو ਕੈਮੀਕਲਸ ਪਾਈ ਹੁੰਦੇ ਆ ਤੇ ਬਾਕੀ ਪਾਣੀ ਹੁੰਦਾ ਮੈਂ ਇੱਕ ਸਮਝ ਲਈ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਬੈਵਰੇਜ ਕੰਪਨੀ ਹੈਗੀ ਆ ਉਹਨੇ ਕੰਮ ਕੀਤਾ ਸੀਗਾ ਅੱਛਾ ਸੋ ਮੈਂ ਤੁਹਾਨੂੰ ਬਿਲਕੁਲ ਦੱਸ ਸਕਦਾ ਹਾਂ ਵੀ ਉਹਦੇ ਵਿੱਚ ਕੀ ਜਾਂਦਾ ਕੀ ਨਹੀਂ ਜਾਂਦਾ ਕਿਸ ਤਰ੍ਹਾਂ ਬਣਾਉਂਦੇ ਆ ਐਂਡ ਉਹ ਭਾਵੇਂ ਹਜ਼ਾਰ ਸਾਲ ਪਏ ਰਹੇ ਉਹਨੂੰ ਕਦੇ ਖਰਾਬ ਨਹੀਂ ਹੋਣੀ ਅੱਛਾ ਕੋਈ ਕੁਝ ਹੈ ਹੀ ਨਹੀਂ ਖਰਾਬ ਹੋਣ ਵਾਲਾ ਹਮ 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 ਰਾਈਟ ਸਿਰਫ ਕੈਮੀਕਲਸ ਆ ਕੈਮੀਕਲਸ ਦੇ ਬਣੇ ਆ ਚੱਕਰ ਇਹ ਆ ਉਹ ਜਦੋਂ ਕੈਮੀਕਲਸ ਹੀਟ ਵਿੱਚ ਪਏ ਰਹਿੰਦੇ ਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਆ ਪਤਾ ਨਹੀਂ ਕਦੋਂ ਦੇ ਕੰਟੇਨਰ ਚ ਆਇਆ ਕਿਸ ਤਰ੍ਹਾਂ ਆਇਆ ਕਿੰਨੇ ਹੀਟ ਵਿੱਚ ਐਕਸਪੋਜ਼ ਹੋਏ ਹਮ ਉਹ ਜੀ आर्टिफिशियल शुगर सिंथेसिस ओ टॉक्सिक बन ਜਾਂਦੇ ਹੂੰ 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 ਜਦੋਂ ਗੋਫੋਰ ਚੱਲਦੀ ਸੀ ਉਹ ਤਾਂ ਕਾਫੀ ਹੋ ਗਿਆ ਹਾਂਜੀ ਉੱਥੇ ਉਹਨਾਂ ਨੇ ਸਾਰੇ ਸੋਲਜਰਸ ਵੀ ਆ ਰਹੇ ਉਹਨਾਂ ਡਾਇਡ ਪਾਪੇ ਜਿਹਾ ਸੀ ਹੂੰ ਪੂਰੀ ਪਲੇਨ ਲੋਡ ਭਰ ਭਰ ਕੇ ਪੈਲਟਨ ਦੇ ਡਾਇਡ ਪਾਪੇ ਜਿਹਾ ਸੀ ਹੂੰ ਤੇ ਉਸ ਗਰਮੀ 'ਚ ਪਏ ਰਹੇ ਉਥੇ ਹੂੰ ਉਹਨਾਂ ਨੂੰ ਹੋਰ ਕਿਥੇ ਰੱਖਣਾ ਉਹ ਗਰਮੀ 'ਚ ਪਏ ਪਏ ਉਹ ਜਿਹੜੇ ਆਰਟੀਫੀਸ਼ੀਅਲ সুইਟਨਸ ਦੇ ਗੇਲ ਵਿੱਚ ਉਹ ਟਾਕਸਿਕ ਬਣ ਗਏ ਹੂੰ ਉਹ ਪੀਣ ਲੱਪੇ ਹੂੰ ਜੋ ਪਿੰਨਾ ਪੇ ਉਹਨਾਂ ਦੇ ਉਹਨਾਂ ਦੇ ਐਕਚੁਅਲੀ ਸਾਈਕੋਲੋਜੀਕਲ ਇਫੈਕਟ ਇੰਨਾ ਜ਼ਿਆਦਾ ਹੋਇਆ ਸੀ ਉਹਨਾਂ ਨੂੰ ਨਾ ਦੇ ਤਰ੍ਹਾਂ ਗਲਫਵਰ ਸਿੰਡਰਮ ਹਮ ਹਮ ਉਹ ਵੀ ਗਲਫਵਰ ਸਿੰਡਰਮ ਹੀ ਸੀਗਾ ਉਹ ਡਾਈਟ ਪੌਪ ਹੀ ਨਹੀਂ ਸੀ ਜਦ ਗਰਮ ਹੋ ਗਿਆ ਸੀ ਹਮ ਉਹਦੇ ਕਰਕੇ ਸੀ ਉਹਦੇ ਕਰਕੇ ਸੀ ਅ ਤੇ ਇਹੀ ਪੌਪ ਜਿਹੜੇ ਆ ਕਈ ਜਣੇ ਕਹਿੰਦੇ ਕਿ ਅੱਛਾ ਠੀਕ ਨਹੀਂ ਫੀਲ ਕਰਦੇ ਇਨ ਡਾਈਜੈਸ਼ਨ ਜੀ ਹੋ ਰਹੀ ਆ ਤਾਂ ਅਸੀਂ ਪੌਪ ਹੀ ਲੈਨੇ ਆ ਤੇ ਉਹ ਕਿਉਂਕਿ ਕਾਰਬੋਨੇਟਡ ਡਰਿੰਕ ਹੈ ਤਾਂ ਤੁਹਾਨੂੰ ਟੁਕਾਰ ਦਵਾ ਦਿੰਦੀ ਹੈ ਇਹ ਕੀ ਕਹੋਗੇ ਤੁਸੀਂ ਇਹਦੇ ਮੈਂ ਨੂੰ ਕੀ ਕਹਿ ਸਕਦੇ ਆ ਨਾ ਕੋਈ ਸਾਇੰਸ ਬੇਸ ਹੈਗਾ ਨਾ ਕੋਈ ਕੁਝ ਹੈਗਾ ਇਹ ਤਾਂ ਅਗੇਨ ਐਸੀ ਜਿਸ ਤਰ੍ਹਾਂ ਆਪਨੇ ਆਪ ਨੂੰ ਯੂ نو ਸਾਈਕਲੋਜੀਕਲੀ ਕਨਵਿੰਸ ਕਰਨਾ ਚਾਹਦੇ ਵੀ ਮੈਂ ਕਰਨਾ ਚਾਹਨਾ ਹੈ ਇਸ ਬਹਾਨੇ ਤੋਂ ਸੋ ਬਣਾ ਸਕਦੇ ਆ ਪਰ ਜਿਹਨੇ ਚੀਜ਼ ਕਰਨੀ ਕਰਨੀ ਉਹਨੇ ਕਰਨੀ ਕਰਨੀ ਹੈ ਯੂ نو ਅਵਾ ਡਕਾਰ ਆਵੇ ਜੇ ਕੁਝ ਹੋਏ ਜਿਹੜੇ ਫੈਕਟਸ ਹੈਗੇ ਆ ਉਹ ਤਾਂ ਬਿਲਕੁਲ ਬਦਲਦੇ ਨਹੀਂ ਹੈਗੇ ਪਰ ਕਿਉਂਕਿ ਬੱਬਲਸ ਆ ਫਿਰ ਉਹਦੇ ਕਰਕੇ ਬਰਬਾਦ ਤਾਂ ਤੁਸੀਂ ਕਰਦੇ ਹੀ ਆ ਠੀਕ ਹੈ ਪਰ ਇਹਦੇ ਮਤ ਜੇ ਤੁਸੀਂ ਤੁਹਾਨੂੰ ਰੂਟ ਕਾਸ ਪ੍ਰੋਬਲਮ ਕੀ ਸੀ ਕਿ ਤੁਹਾਨੂੰ ਇੰਡਜੈਸਸ਼ਨ ਹੋਈ ਸੀ ਇੰਡਜੈਸਸ਼ਨ ਕੱਲੀ ਹੋਈ ਸੀ ਜੋ ਤੁਸੀਂ ਖਾਧਾ ਸੀਗਾ ਰਾਈਟ ਸੁੱਝੇ ਰੂਟ ਕਾਸ ਹੈ ਉਹਨੂੰ ਤੁਸੀਂ ਬਦਲ ਨਹੀਂ ਜਾਂਦੇ ਅੱਛਾ ਉਹਦੇ ਉੱਤੇ ਸਬਸ ਹੋਰ ਸਿਟੀ ਜਾਓ ਸਿਟੀ ਜਾਓ ਅੱਛਾ ਉਸੇ ਹੀ ਆਇਲ ਦੇ ਵਿੱਚ ਹੁਣ ਪੌਪਸ ਦੀ ਕਿਉਂਕਿ ਗੱਲ ਚੱਲਦੀ ਹੈ ਸਪਾਰਕਲਿੰਗ ਵਾਟਰ ਆਨ ਲੱਗ ਗਿਆ ਕਿ ਅੱਛਾ ਇਹਦੇ ਵਿੱਚ ਸੋਡੀਅਮ ਵੀ ਨਹੀਂ ਹੈਗਾ ਇਹਦੇ ਚਾ ਵੀ ਨਹੀਂ ਹੈਗਾ ਤੇ ਇਹ ਚ ਮਿੱਠਾ ਵੀ ਨਹੀਂ ਹੈਗਾ ਤੋਂ ਉਹੋ ਲੈ ਸਕਦੇ ਹਾਂ ਅਸੀਂ ਕੀ ਲੈ ਸਕਦੇ ਆਪ ਜੀ ਵਾਂਸ ਨਵਾ ਪੀਣਾ ਠੀਕ ਹੈ ਪਰ ਚੱਕਰ ਹੈ ਜੇ ਤੁਸੀਂ ਜ਼ਿਆਦਾ ਪੀਨੇ ਨਾ ਉਹ ਐਸਿਡਿਕ ਹੈ ਸੋ ਇਹ ਚੱਕਰ ਆ ਇਟਸ ਅ ਸਿਰਕ ওকে ਸੋ ਫਾਈਨਲੀ ਜਿਹੜੇ ਡਰਿੰਕਸ ਲੈਣੇ ਚਾਹੀਦੇ ਆ ਘਰ ਅਸੀਂ ਨਿੰਬੂ ਪਾਣੀ ਬਣਾ ਕੇ ਪੀ ਲੈਂਦੇ ਸੀ ਜਦੋਂ ਬਹੁਤ ਗਰਮੀ ਹੁੰਦੀ ਸੀ ਇੰਡੀਆ ਦੇ ਵਿੱਚ ਹਨਾ ਤੇ ਉਹ ਹੈਗਾ ਕਿ ਤੁਹਾਨੂੰ ਸਾਰਾ ਕੁਝ ਹੀ ਮਿਲ ਗਿਆ ਵਿੱਚੀ ਕਾਲਾ ਨਾਣ ਪਾ ਲੈਣਾ ਥੋੜਾ ਮਿੱਠਾ ਪਾ ਲੈਣਾ ਤੇ ਨਾਲ ਨਿੰਬੂ ਪਾਣੀ ਬਣ ਗਿਆ ਇਸ ਤੋਂ ਇਲਾਵਾ ਜੇਕਰ ਤੁਸੀਂ ਕੁਝ ਰეკਮੈਂਡ ਕਰਨਾ ਚਾਹੋ ਯਾ ਮੈਂ ਕਹਿੰਦੇ ਨੀ ਚੀਜ਼ ਬਹੁਤ ਵਧੀਆ ਮੈਂ ਹਲ ਵੀ ਕਰਦਾ ਮੈਂ ਫਰੈਸ਼ ਨਿੰਬੂ ਰਾਈਟ ਥੋੜੀ ਵਿੱਚ ਸ਼ਾਤਪਾਤੀ ਥੋੜੀ ਕਾਲਾ ਨਾਣ ਪਾਤਾ ਕਿ ਜਲਜੀਰਾ ਇਹਦੇ ਚਾਪ ਕੇ ਬਹੁਤ ਯੋ ਖਾਸ ਕਰਕੇ ਸਮਰ ਟਾਈਮ ਗਰਮੀਆ ਚ ਬਹੁਤ ਮਜਾ ਆਂਦਾ ਹਾਂ ਮਿੰਟ ਪਾਤੇ ਵਿੱਚ ਜੇ ਤੁਸੀਂ ਆਪ ਕੁਝ ਬਣਾਉਣਾ ਚਾਹੁੰਦੇ ਯੋ 12 ਹੋ ਤਾਂ ਤੁਸੀਂ ਯੋ ਕੰਬੂਚਾਜ਼ ਐਨਰਜੀ ਜੈ ਮਿਲ ਜਾਂਦੀਆਂ ਉਹ ਪੀਓ ਹਾਂ ਸੂਪ ਬਣਾ ਸਕਦੇ ਯਾ ਯੋ ਕੰਬੂਚਾ ਬਾਇ ਹੋ ਜਾਂਦਾ ਉਹ ਜਿਹੜਾ ਤੁਹਾਨੂੰ ਕਾਰਬੋਨੇਟਡ ਜਿਹੜਾ ਫੀਲਿੰਗ ਹੁੰਦੀ ਇਫੈਕਟਿੰਗ ਉਹ ਵੀ ਮਿਲ ਜਾਂਦੀ ਹੈ ਇੱਕ ਹੈਲਥੀ ਬੇਵਰੇਜ ਮਿਲ ਜਾਂਦੀ ਹੈ ਇੱਕ पेटली बदे अंदर डाइजेस्ट सिस्टम दी बदे हुंदा है सो कंबुचा एक्चुअली बोथ लोकेली इट्स अ ग्रेट रिप्लेसमेंट सो ऑन फाइनली क्योंकि आपा रैप अप करना yeah. uh, है प्रोग्राम नु ਤੁਸੀਂ ਲਿਸਨਰਸ ਨੂੰ ਫੇ ਕੀ ਮੈਸੇਜ ਦੇਣਾ ਚਾਹੋਗੇ ਵੈਦਰ ਇਟਸ ਗਰਮੀਆਂ ਵੈਦਰ ਇਟਸ ਸਰਦੀਆਂ ਯਾ ਮੇਨ ਚੀਜ਼ ਹੈ ਪਾਣੀ ਪੀਓ ਪਾਣੀ ਇਜ਼ ਨੰਬਰ 1 ਯੂ نو ਜੇ ਤੁਸੀਂ ਪਾਣੀ ਤੋਂ ਲਗ ਹੋਰ ਕੁਛ ਨਾ ਕਦੀ ਪੀਓ ਤਾਂ ਵੀ ਠੀਕ ਹੈ ਜੇ ਹੋਰ ਕੁਛ ਪੀਣਾ ਹੈ ਜਿੰਨਾ ਤੁਸੀਂ ਜਿਆਦਾ ਯੂ نو ਕਾਫੀਸ ਹੋਏ ਪੌਪਸ ਜੋ ਵੀ ਹੈਗੇ ਦੀ ਚੀਜ਼ਾਂ ਜਿੰਨੇ ਤੁਸੀਂ ਘੱਟ ਪੀ ਸਕਦੇ ਆ ਉਹਨਾਂ ਵਧੀਆ ਹੋਗਾ स्मੂਦੀਸ ਜ਼ਿਆਦਾ ਪੀਓ ਫਰੈਸ਼ ਜੂਸਸ ਯੂ نو ਗ੍ਰੀਨਸ ਵਿਗਰ ਦੇ ਬਣਾਓ ਘਰ ਅ ਨਿੰਬੂ ਦਾ ਪਾਣੀ ਕੰਬੂਚਾ ਇਹੋ ਜਿਹੇ ਜਿੰਨੇ ਤੁਸੀਂ ਜ਼ਿਆਦਾ ਪੀਨੇ ਆ ਚਾਹ ਅਗੇਨ ਮਸਾਲੇ ਵਾਲੀ ਚਾਹ ਬਣਾਓ ਯੂ نو ਮਸਾਲੇ ਵਿੱਚ ਪਾ ਕੇ ਥੋੜਾ ਪਾਣੀ ਬਾਲਾ ਦੇ ਕੇ ਵਿੱਚ ਪਾ ਦਿਓ ਚਾਹ ਦੇ ਚਾਹ ਪੱਤੀਆਂ ਟੀ ਬੈਗਸ ਨਾਲੋ ਫਰੈਸ਼ ਟੀ ਲੀव्स ਲੋ ਹਮਮ ਸੂਪਰ ਕਿਉ। ਦਲ ਬੀ ਗ੍ਰੇਟ। ਸੋ ਪ੍ਰੀਤ ਬਹੁਤ-ਬਹੁਤ ਸ਼ੁਕਰੀਆ ਤੁਸੀਂ ਨਾ ਸ਼ਾਮਲ ਹੋਏ ਪਹੁੰਚਾਂਗਾ ਲੱਗੇਗਾ ਕਰਕੇ। ਥੈਂਕ ਯੂ ਜੀ। ਸੋ ਦੈਟਸ ਇਟ ਫॉर ਟੁਡੇ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਗੱਲਬਾਤ ਪਸੰਦ ਆਈ ਹੋਵੇਗੀ ਤੇ ਜੇ ਆਈ ਹੈ ਜ਼ਰੂਰ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ ਤੇ ਸ਼ੇਅਰ ਵੀ ਕਰਨਾ। ਹੈਵ ਅ ਗੁੱਡ ਡੇ।